ਅਸੀਂ ਇੱਥੇ ਮੌਜੂਦ ਹਾਂ ਮੋਗਾ ਲੁਧਿਆਣਾ ਫਿਰੋਜ਼ਪੁਰ ਰੋਡ ਦੇ ਉੱਤੇ, ਜਿਹੜਾ ਕਿ ਕੋਰੇ ਦਾ ਕਾਫੀ ਚਿੱਟੀ ਚਾਦਰ ਵਿਛੀ ਹੋਈ। ਕਿਤੇ ਕਿਤੇ ਦੇਖਿਆ ਜਾਵੇ ਪਿਛਲੇ 24 ਘੰਟਿਆਂ ਤੋਂ ਕੋਰੇ ਦਾ ਕਹਿਰ ਵਰਸਿਆ ਹੈ। ਕੱਲ੍ਹ ਹਾਦਸਾ ਵੀ ਹੋਇਆ ਹੈ, ਉਸ ਹਾਦਸੇ ਦਾ 2 ਲੋਕ ਜ਼ਖਮੀ ਹੋਏ ਨੇ। ਅਸੀਂ ਵੀ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਘਰੋਂ ਨਿਕਲਣ ਤੋਂ ਪਹਿਲਾਂ ਮੋਟੇ ਕੱਪੜੇ ਪਾ ਕੇ ਨਿਕਲੋ ਅਤੇ ਸਿਰ ਢੱਕ ਕੇ ਨਿਕਲੋ, ਮੂੰਹ ਢੱਕ ਕੇ ਨਿਕਲੋ। ਕਿਤੇ ਕਿਤੇ ਦੇਖਿਆ ਜਾਵੇ ਕੋਰੇ ਦਾ ਜਿਹੜਾ ਕਹਿਰ ਆ, ਪਹਾੜਾਂ ਵਿੱਚ ਹੋ ਰਹੀ ਬਰਫ਼ਬਾਰੀ ਦੇ ਮੈਦਾਨੀ ਇਲਾਕਿਆਂ 'ਚ ਕਾਫੀ ਅਸਰ ਦਿਖਣਾ ਸ਼ੁਰੂ ਹੋ ਚੁੱਕਿਆ ਹੈ। ਪੂਰੀ ਚਿੱਟੀ ਚਾਦਰ ਵਿੱਚ ਤਸਵੀਰਾਂ ਵਿੱਚ ਵੀ ਦੇਖ ਸਕਦੇ ਹਾਂ, ਅਸੀਂ ਉਸੇ ਜਗ੍ਹਾ 'ਤੇ ਮੌਜੂਦ ਹਾਂ ਜਿਸ ਜਗ੍ਹਾ 'ਤੇ ਲੁਧਿਆਣਾ ਫਿਰੋਜ਼ਪੁਰ ਜਿਹੜਾ ਹਾਈਵੇ ਆ ਇਹ ਜਗ੍ਹਾ ਦੇ ਉੱਤੇ, ਜਿਹਦੇ ਗੱਡੀਆਂ ਵੀ ਰਿੰਗ ਰਿੰਗ ਚੱਲਣ 'ਤੇ ਮਜਬੂਰ ਹੋ ਗਈਆਂ। ਵਿਜੀਬਿਲਟੀ ਬਿਲਕੁਲ ਘੱਟ ਚੁੱਕੀ ਆ, 10 ਫੁੱਟ ਦੀ ਦੂਰੀ ਉੱਤੇ ਕੁਛ ਵੀ ਦਿਖਾਈ ਨਹੀਂ ਦੇ ਰਿਹਾ। ਕਿਤੇ ਦੇਖੇ ਕਣਕ ਦੀ ਫਸਲ ਲਈ ਕਾਫੀ ਫਾਇਦੇਮੰਦ ਹੋ ਗਿਆ, ਪਰ ਸਬਜ਼ੀਆਂ ਲਈ ਕਾਫੀ ਨੁਕਸਾਨਦੇਹ ਹੋ ਸਕਦਾ ਹੈ। ਕਿਸਾਨਾਂ ਨੂੰ ਫਾਇਦਾ ਹੋਵੇਗਾ ਅਤੇ ਆਮ ਲੋਕਾਂ ਨੂੰ ਜਨਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ, ਅਤੇ ਜਿੱਥੇ ਕਿ ਹੌਲਦੀ ਵਾਲੇ ਲੋਕ ਆ ਮੋਟਾ ਸਮਾਨ ਕੱਪੜੇ ਵਿੱਚ, ਉਹਨਾਂ ਨੂੰ ਫਾਇਦਾ ਹੋਵੇਗਾ ਅਤੇ ਆਮ ਲੋਕਾਂ ਜਨਜੀਵਨ ਕਾਫੀ ਪ੍ਰਭਾਵਿਤ ਹੋਵੇਗਾ। ਕੁਛ ਹੋਰ ਵੀ ਲੋਕ ਆਟੋ ਵਾਲੇ ਮੌਜੂਦ ਨੇ, ਗੱਲਬਾਤ ਕਰਦੇ ਉਹਨਾਂ ਇਸ ਬਾਰੇ ਕੀ ਕਹਿਣਾ। ਵੀਰ ਜੀ ਕੀ ਨਾਮ ਹੈ ਤੁਹਾਡਾ? ਕੁਲਵਿੰਦਰ ਸਿੰਘ। ਕੁਲਵਿੰਦਰ, ਕਿੰਨੀ ਕੁ ਦਿੱਕਤ ਆਉਂਦੀ ਹੈ ਜੇ ਧੁੰਦ ਪੈਂਦੀ ਹੈ ਕੰਮ ਕਰਨ ਵਿੱਚ? ਦੇਖੋ ਜੀ, ਅੱਗੇ ਦੀਂਦਾ ਆਣੀ ਗਈ, ਬਹੁਤ ਹੱਦੋਂ ਵੱਧ ਹੀ ਜ਼ਿਆਦਾ ਹੌਲੀ ਹੌਲੀ ਸਲੋ ਜਾਣਾ ਪੈਂਦਾ ਜੀ। ਮੌਸਮ ਕਿੰਨਾ ਖਰਾਬ ਆ, ਤੁਹਾਨੂੰ ਦਿਹਾੜੀ ਪੈਂਦੀ ਕਿ ਨਹੀਂ ਪੈਂਦੀ? ਦਿਹਾੜੀ ਜੀ ਬਸ ਟਾਈਮ ਲੋਕ ਘੱਟ ਨਿਕਲਦੇ, ਥੋੜ੍ਹੇ ਲੇਟ ਨਿਕਲਦੇ ਆ। ਮਿਸਤਰੀ ਬਾਈ ਕੀ ਨਾਮ ਤੁਹਾਡਾ ਜੀ? ਬਲਦੇਵ ਜੀ, ਤੁਸੀਂ ਰਾਜਗੀਰ ਕੰਮ ਕਰਦੇ ਆ? ਹਾਂ ਜੀ। ਮੌਸਮ ਖਰਾਬ ਕਿੰਨੀ ਕੁ ਦਿੱਕਤ ਆਉਂਦੀ ਆ? ਮੌਸਮ ਦੀ ਵੇਖੋ ਜੀ ਬਹੁਤ ਜ਼ਿਆਦਾ ਆ। ਵੇਖੋ ਜੀ, ਇੱਕ ਤਾਂ ਮੋਟਰਸਾਈਕਲ ਵਾਲਿਆਂ ਦੇ ਬਹੁਤ ਪਰੇਸ਼ਾਨੀ ਹੁੰਦੀ ਆ, ਗੱਡੀਆਂ ਦੀ ਪਰੇਸ਼ਾਨੀ ਆਉਂਦੀ ਆ, ਇੱਕ ਮਜ਼ਦੂਰਾਂ ਨੂੰ ਬਹੁਤ ਪਰੇਸ਼ਾਨੀ ਆ, ਨਾ ਕੰਮ ਚੱਲਦੇ ਆ ਨਾ ਕੋਈ ਹੱਥ ਖੁੱਲ੍ਹਦੇ ਆ, ਮਜ਼ਦੂਰਾਂ ਦੀ ਬਹੁਤ ਪਰੇਸ਼ਾਨੀ ਆ। ਕੋਈ ਜਿਹੜਾ ਗਰੀਬ ਬੰਦਾ ਜਿਹਨੇ ਦਿਹਾੜੀ ਕਰਨੀ ਆ ਉਹਨਾਂ 'ਤੇ ਬਹੁਤ ਪਰੇਸ਼ਾਨੀ ਆ ਰਹੀ। ਸਮਝ, ਹੋਰ ਮੌਸਮ ਖਰਾਬ ਰਹੇਗਾ, ਕਿੰਨੀ ਦਿੱਕਤ ਆਊਗੀ? ਬਹੁਤ ਜ਼ਿਆਦਾ ਆ ਰਹੀ ਆ ਜੀ, ਗਰੀਬ ਕਿੱਥੋਂ ਬੱਚੇ ਪਾਲ ਲੂ ਜੇ, ਆ ਹੀ ਰਿਹਾ, ਐਕਸੀਡੈਂਟ ਬਹੁਤ ਹੋ ਰਹੇ ਆ। ਹਾਂਜੀ, ਬਿਲਕੁਲ ਜੀ, ਵਿਜੀਬਿਲਟੀ ਬਹੁਤ ਘੱਟ ਚੁੱਕੀ ਆ, ਦੇਖਿਆ ਜਾਵੇ ਤਾਂ 10 ਫਿੱਟ ਦੂਰ 'ਤੇ ਕੁਛ ਵੀ ਦਿਖਾਈ ਨਹੀਂ ਦੇ ਰਿਹਾ। ਕਿਤੇ ਕਿਤੇ ਦੇਖਿਆ ਜਾਵੇ ਮੌਸਮ ਖਰਾਬ ਆਉਣ ਵਾਲੇ ਸਮੇਂ 'ਚ ਹੋਰ ਹੀ ਮੌਸਮ ਖਰਾਬ ਹੋਊਗਾ। ਅਸੀਂ ਵੀ ਅਪੀਲ ਕਰਦੇ ਹਾਂ ਕਿ ਪੀਲੀ ਲਾਈਟ ਜਗਾ ਕੇ ਚੱਲੋ, ਧਿੰਮੀ ਰਫ਼ਤਾਰ ਚੱਲੋ, ਕਿਉਂਕਿ ਕੋਈ ਘਰੋਂ ਨਿਕਲਿਆ ਬੰਦੇ ਹਾਦਸੇ ਕਾਰਨ ਆਪਣੇ ਮੌਸਮ ਕਾਫੀ ਖਰਾਬ ਹੈ। ਗੁਰਦੇਵ ਪੰਮ, ਲਿਵਿੰਗ ਇੰਡੀਆ ਨਿਊਜ਼, ਮੋਗਾ।